ਮਾਨ ਸਾਹਿਬ, ਹਰ ਇਲੈਕਸ਼ਨਸ ਦੇ ਵਿੱਚ, ਲੋਕ ਸਭਾ ਇਲੈਕਸ਼ਨਸ ਦੇ ਵਿੱਚ ਬਾਰਡਰ ਬੈਲਟ ਪੰਜਾਬ ਦੀ, ਉੱਥੋਂ ਇੱਕ ਇਸ਼ੂ ਨਿਕਲਦਾ ਅੰਮ੍ਰਿਤਸਰ ਤੋਂ ਤੇ ਫਿਰੋਜ਼ਪੁਰ ਫਾਜ਼ਿਲਕਾ ਤੋਂ ਪਾਕਿਸਤਾਨ ਦੇ ਨਾਲ ਕ੍ਰੋਸ ਬਾਰਡਰ ਟ੍ਰੇਡ ਦਾ, ਕਿ ਇਹਨਾਂ ਦੇਸ਼ਾਂ ਦੇ ਨਾਲ ਟ੍ਰੇਡ ਸ਼ੁਰੂ ਹੋਣੀ ਚਾਹੀਦੀ ਹੈ। ਤੁਹਾਡਾ ਇਸ ਤੇ ਕੀ ਵਿਊ ਹੈਗਾ ਕਿ ਪੰਜਾਬ ਦੀ ਇਕਨੋਮੀ ਨੂੰ ਫਾਇਦਾ ਦੇਵੇਗਾ? ਸੀਐਮ ਹੈਡ ਆਫ ਸਟੇਟ ਕੀ ਸੋਚਦੇ ਨੇ? ਦੇਖੋ ਗੱਲ ਇਹ ਬਾਰਡਰ ਜਿਹੜਾ ਬਹੁਤ ਡੇਂਜਰਸ ਬਾਰਡਰ, 532 ਕਿਲੋਮੀਟਰ, ਹਰ ਰੋਜ਼ ਕੋਈ ਨਾ ਕੋਈ ਡਰੋਨ, ਡਰੋਨ ਦੇ ਵਿੱਚ ਡਰੱਗ ਸਟੋਲ ਅਤੇ ਰੈਨਸਮ ਮਨੀ ਮਿਲਦੀ ਹੈ, ਫੜਦੇ ਹਾਂ BSF ਨੂੰ ਮਿਲ ਕੇ ਫੜਦੇ ਹਾਂ, ਠੀਕ ਹੈ ਨਾ। ਤਾਰ ਤਾਂ ਆਪਾਂ ਨੇ ਲਾਈ ਹੋਈ ਹੈ ਨਾ, ਉਹਨਾਂ ਨੇ ਤਾਂ ਲਾਈ ਹੋਈ ਨਾ। ਸੋ ਇਸ ਜੇ ਰੂਟ ਖੁੱਲ੍ਹਦਾ, ਸਿਲਕ ਰੂਟ ਕਹਿੰਦੇ ਹਨ, ਜੀ ਸਿਲਕ ਰੂਟ, ਹੈ ਨਾ, ਤਾਂ ਰੂਟ ਖੁੱਲ੍ਹਦਾ ਤਾਂ ਸਭ ਤੋਂ ਪਹਿਲਾਂ ਪਾਕਿਸਤਾਨ ਨੂੰ ਗਾਲਾਂ ਦੇਣੀ ਤਾਂ ਬੰਦ ਕਰੋ, ਪ੍ਰਧਾਨ ਮੰਤਰੀ ਗਾਲਾਂ ਕੱਢੀ ਜਾਂਦਾ, ਤੁਸੀਂ ਕਿਵੇਂ ਕਰ ਲਓ ਕੰਮ ਜੀ ਉੱਥੇ। ਅਤੇ ਫਿਰ ਉੱਧਰੋਂ ਜੇ ਇੰਨੀ ਮਤਲਬ ਕ੍ਰਿਕਟ ਨਹੀਂ ਖੇਡ ਰਹੇ ਆਪਾਂ ਉਹਨਾਂ ਨੂੰ, ਠੀਕ ਹੈ ਜੀ, ਇੰਨੀਆਂ ਤਾਰਾਂ ਜਾਂ ਇੰਨੀ ਸਿਕਿਉਰਿਟੀ ਦੇ ਬਾਵਜੂਦ ਵੀ ਉਹ ਕਸ਼ਮੀਰ 'ਚ ਕਿਤੇ ਨਾ ਕਿਤੇ ਬੰਦੇ ਭੇਜ ਰਹੇ ਆ, ਉੱਥੋਂ ਇੱਥੇ ਨੁਕਸਾਨ ਕਰਾ ਰਹੇ, ਉਹਨਾਂ ਨੂੰ ਵਪਾਰ ਕਿਵੇਂ ਕਰ ਲਓ? ਤੁਹਾਡਾ ਓਪੀਨੀਅਨ ਨਹੀਂ ਹੋਣਾ ਚਾਹੀਦਾ ਜਾਂ ਹੋ ਨਹੀਂ ਸਕਦਾ? ਸਿਲਕ ਨਹੀਂ, ਬਾਈ ਏਅਰ ਕਿਉਂ ਨਹੀਂ ਹੋ ਸਕਦਾ? ਕਾਰਗੋ ਕਰੋ, ਮਿਡਲ ਈਸਟਰ ਕਰ ਲਓ, ਅੰਮ੍ਰਿਤਸਰ ਨੂੰ ਡਰਾਈ ਪੋਰਟ ਬਣਾ ਦਿਓ, ਆ ਹਜ਼ਾਰਾਂ ਕੁਲੀ ਨੇ ਉੱਥੇ ਕੰਮ ਕੰਮ ਮਿਲੂਗਾ ਉਹਨੂੰ ਸਾਰਿਆਂ ਨੂੰ। ਤੁਸੀਂ ਕਜ਼ਾਕਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਇਹ ਆਪਣੀਆਂ ਸਬਜ਼ੀਆਂ ਦੁੱਧ ਵਗੈਰਾ ਲੈਟਿਨ ਅਮੈਰੀਕਨ ਕੰਟਰੀਆਂ ਤੋਂ ਮੰਗਵਾਉਂਦੇ ਨੇ, 10 ਘੰਟਿਆਂ ਦੀ ਫਲਾਈਟ ਹੈ, ਇੱਥੋਂ 1 ਘੰਟੇ ਦੀ ਹੈ, ਬਾਈਅਰ ਸ਼ੁਰੂ ਕਰ ਲਓ।